Come and tell me.
Thank you.
ना तो बैरी ना ही बेगाना
رنگ رتا میرا صاحب
साहिब से मन मानिया
So deep, babe, I'll be.
نت نت کرو سوالیا سچ سودا پایا سچ سودا Thank you.
And the biggest gift
gift given to this humanity. Sabko bade priceless anmol jehdi gift sanu ditti hai pavan shabad hai paravan vich. Aam taur te sikh thoda ja vulnerable ho janda hai. Pehla main kya karna hai? It's not about sikhi path, it's not about sukh and dukh. Akho vaheguru. It's not about dukh and sukh, it is beyond dukh and sukh. Akho vaheguru. Guru Arjan Dev Maharaj pati tavi te viraje hoye tin din deya kahe te sahat ashtu sahar ne oh vita sambandh vich jude hoye si, oh vita bani vich jude hoye si, dukhta vare si. Aaj vi amrit vele satsang de vyan ke divan se oh din de ek chal rahi si. Jisle si guru de kol aande panch protocol bade important ne guru de. ਗੁਰੂ ਦਾ ਪਾਵਨ ਵਾਕ ਹੈ ਗਾਵਿਆ ਸੁਣਿਆ ਤਿਲਕਾ ਹਰ ਥਾਂ ਪਾਵੇ ਹੁਣ ਆਪਾਂ ਬੈਠ ਕੇ ਆਪਾਂ ਬਾਣੀ ਨੂੰ ਸੁਣਿਆ ਕੀਰਤਨ ਸੁਣਿਆ ਗੁਰੂ ਜੀ ਕਹਿੰਦੇ ਗਾਵਿਆ ਸੁਣਿਆ ਤਿਲਕਾ ਹਰ ਥਾਂ ਪਾਵੇ ਪੌਜ਼ ਇੱਥੇ ਹੈ ਅੱਗੇ ਗੁਰੂ ਜੀ ਕਹਿੰਦੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ ਆਪਾਂ ਸਾਰੇ ਗੁਰੂ ਨੂੰ ਮੰਨਦੇ ਕਿਸੇ ਨੂੰ ਪੁੱਛੋ ਇੱਕ ਬੱਚੇ ਨੂੰ ਪੁੱਛੋ ਕੁਛ ਬਾਅਦ ਉਨਸੇ ਕਿਸੇ ਉਹਨੂੰ ਵੀ ਪੁੱਛੋ ਉਹ ਵੀ ਕਹਿੰਦਾ ਹਾਂ ਇਹ ਮੇਰਾ ਗੁਰੂ ਹੈ ਮੈਂ ਗੁਰੂ ਨੂੰ ਮੰਨਦਾ ਬਟ ਗੁਰੂ ਦੀ ਕੌਣ ਮੰਨਦਾ ਹੈ ਕਿਉਂਕਿ ਟ੍ਰਾਂਸਫਾਰਮੇਸ਼ਨ ਵਿਲ ਹੈਪਨ ਇੰਸਟੈਂਟਲੀ ਸਟਾਰਟ ਔਨ ਦੈਟ ਮਿੰਟ ਗੁਰੂ ਸਾਡੇ ਸਾਰੇ ਬੰਧਨਾਂ ਤੋਂ ਮਨ ਸਾਡਾ ਬੰਧਨਾਂ ਵਿੱਚ ਜਕੜਿਆ ਹੋਇਆ ਗੁਰੂ ਸਾਨੂੰ ਇੱਕ ਗੱਲ ਟੀਚ ਕਰਦਾ ਪੰਜ ਪ੍ਰੋਟੋਕਾਲ ਮੈਂ ਹਮੇਸ਼ਾ ਕਿਆ ਕਰਾਂ ਗੁਰੂ ਦੇ ਚਰਨਾਂ ਦਾ ਉਹ ਟਾਸਰਾ ਨਹੀਂ ਗੁਰਬਾਣੀ ਨੂੰ ਪ੍ਰੇਮ ਸਹਿਤ ਗਾਉਣ ਨੂੰ ਸੁਣ ਫਿਰ ਵਿਚਾਰ ਕਰ ਬਿਕੋਜ਼ ਇਹ ਕੰਟੈਂਪਲੇਸ਼ਨ ਹੈ ਔਰ ਫਿਰ ਮਨ ਨੂੰ ਕਿਉਂਕਿ ਜਦ ਤੱਕ ਵਿਚਾਰੇਗਾ ਨਹੀਂ ਤਾਂ ਮਨ ਕਰਨੇ ਸੀ ਜਿਹੜਾ ਕੋਈ ਅਬਿਊਜ਼ਰ ਹੈ ਕੋਈ ਵਿਕਾਰੀ ਇਨਸਾਨ ਹੈ ਜਿਹੜੇ ਵਿਕਾਰਾਂ ਵਿੱਚ ਗਲਤਾਨ ਹੈ ਉਹਦਾ ਮਨ ਕਨਵਿੰਸ ਹੈ ਉਸ ਪਰਟੀਕੁਲਰ ਵਿਕਾਰ ਦੇ ਨਾਲ ਤੇ ਉਹ ਵਾਰ ਵਾਰ ਰਿਪੀਟ ਕਰੀ ਜਾ ਰਿਹਾ ਆਖੋ ਵਾਹਿਗੁਰੂ ਜਿਸ ਚੀਜ਼ ਦੀ ਉਹਨੂੰ ਐਡਿਕਸ਼ਨ ਉਹਦਾ ਮਨ ਉਹਦੇ ਨਾਲ ਕਨਵਿੰਸ ਹੋਇਆ ਗੁਰੂ ਪਾਤਸ਼ਾਹ ਤਾਂ ਕਹਿੰਦੇ ਮਨ ਕਾ ਸੁਭਾਅ ਸਦਾ ਵੈਰਾਗ ਇਹਦਾ ਜਿਹੜਾ ਨੇਚਰ ਹੈ ਇਟ ਵਾਜ਼ ਆਲਵੇਜ਼ ਡਿਟੈਚਡ ਲੇਕਿਨ ਵੀ ਹੈਵ ਕਲਾਊਡਡ ਦੈਟ ਮਾਈਂਡ ਵਿਦ ਵਿਕਾਰ ਜਿਸ ਤਰ੍ਹਾਂ ਇਸ ਦਿਨ ਮੈਂ ਸ਼ਿਕਾਗੋ ਲੈਂਡ ਹੋਇਆ ਦੋ ਦਿਨ ਤੱਕ ਸੂਰਜ ਨਹੀਂ ਦਿਖਾਈ ਦਿੱਤਾ ਇਟ ਵਾਜ਼ ਸੋਰੀ ਕਲਾਊਡ ਬਦਲ ਆਇਆ ਸੀ ਬਦਲ ਆਉਣ ਦਾ ਮਤਲਬ ਇਹ ਥੋੜ੍ਹੀ ਕਿ ਸੂਰਜ ਹੈ ਆਖੋ ਵਾਹਿਗੁਰੂ ਫਿਰ ਆਖੋ ਵਾਹਿਗੁਰੂ ਸੂਰਜ ਇਸ ਦੇ ਸਨ ਇਸ ਦੇ ਬਟ ਇਟ ਇਸ ਕਲਾਊਡ ਇਨ ਦਿਸ ਸੇਮ ਵੇ ਮਨ ਦਾ ਜਿਹੜਾ ਸੁਭਾਵ ਹੈ ਇਟ ਇਜ਼ ਆਲਵੇਜ਼ ਇਟ ਵਾਜ਼ ਆਲਵੇਜ਼ ਨਾਟ ਆਲਵੇਜ਼ ਅਟੈਚਡ ਇਹ ਹਮੇਸ਼ਾ ਡਿਟੈਚਡ ਲੇਕਿਨ ਵੀ ਹੈਵ ਐਕਚੁਅਲੀ ਓਵਰਲੋਡਿੰਗ ਦਿਸ ਮਾਈਂਡ ਵਿਦ ਅਵਰ new new thought patterns. When you come about, talk about Guru and Samana, it is about habit pattern, you know, kya jindar, Guru mat, Guru di mat, Guru da pattern. Ek bachcha kindergarten vich pa do tusi, Montessori vich pa dinde ne, bachcha dheere dheere bachcha bachi school vich padhde ne, us school vich ki sikhaya ja raha, unhone ek pattern create kita ja raha, bolan da lehza sikhaya ja raha, chalan da, sunan da, etiquette, manners sikhaya ja raha. ਜਿਸਲੇ ਅਸੀਂ ਗੁਰੂ ਨੂੰ ਮੱਥਾ ਟੇਕਦੇ ਹਾਂ ਉਹਦਾ ਵੀ ਮਤਲਬ ਹੈ ਗੁਰੂ ਦਾ ਪਾਵਨ ਵਾਕ ਤੁਧ ਨੂੰ ਨਿਵਣ ਜਿਹੜਾ ਮੱਥਾ ਟੇਕਣਾ ਹੈ ਉਸ ਨਿਵਣ ਰਿਚੁਅਲ ਗੁਰੂ ਦੇ ਹੈ ਜੋ ਜੋ ਪ੍ਰੋਟੋਕਾਲ ਗੁਰੂ ਦਰਬਾਰ ਦੇ ਅੰਦਰ ਸਦੀ ਵੀ ਚੱਲੇ ਜਾ ਰਹੇ ਨੇ ਸੈਂਚਰੀਜ਼ ਤੋਂ ਚੱਲ ਰਹੇ ਨੇ ਗੁਰੂ ਪਿਆਰ ਹਰ ਚੀਜ਼ ਦਾ ਆਂਸਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕਿਸੇ ਨੇ ਮੈਨੂੰ ਜੋਰ ਵਿੱਚ ਮੈਂ ਆਸਟ੍ਰੇਲੀਆ ਦੇ ਸਾਹਮਣੇ ਕਿਸੇ ਨੌਜਵਾਨ ਆਮ ਤੌਰ 'ਤੇ ਕੁਐਸਚਨ ਕਰਾ ਲਈ ਇੱਕ ਯੂ ਐਨ ਏ ਸੈਸ਼ਨ ਹੋਇਆ ਸੀ ਇੱਕ ਬੱਚੇ ਨੇ ਨੌਜਵਾਨ ਬੱਚੇ ਨੇ ਉੱਠ ਕੇ ਮੈਨੂੰ ਕੁਐਸਚਨ ਕੀਤਾ ਕਿ ਵੀਰ ਜੀ ਦੇ ਰਹੇ ਨੇ ਐਗਜੈਕਟ ਫਰੇਜ਼ ਅਬਾਊਟ ਮੱਥਾ ਟੇਕਣਾ ਇਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਔਰ ਉਹਦਾ ਪਰਪਸ ਕੀ ਉਹਦਾ ਮਤਲਬ ਕੀ ਹੈ ਕਹਿੰਦੇ ਕ੍ਰਿਸਚੀਅਨਿਟੀ ਦੇ ਅੰਦਰ ਚਰਚ ਵਿੱਚ ਜਾਂਦੇ ਹੋ ਤਾਂ ਸ਼ੂਜ਼ ਪਾ ਕੇ ਵੀ ਚਲੇ ਜਾਂਦੇ ਉਹ ਤਾਂ ਨੀਲ ਡਾਊਨ ਹੋ ਜਾਂਦੇ ਨੇ ਸ਼ੂਜ਼ ਵੀ ਪਾਏ ਹੁੰਦੇ ਨੇ
वो खड़े होकर तिरे कर कहते वाह व्हेन वी गो टू गुरुद्वारा वी हैव टू टेक आवर शूज एंड देन वी हैव टू मथन इज इट इंपॉर्टेंट मैं कहता यस सर्टेनली इट इज इंपॉर्टेंट बिकॉज इट इज दैट सर्टिफिकेशन हैज बीन गिवन टू अस इन गुरु ग्रंथ साहिब महाराज कहते की है मैं कहता तू नो निवर्ण and the pause after answer ki manan tera na aankho wahe guru taj ki aankho wahe guru saasu mein jo pyar man sare hazir ho aankho wahe guru when I bow when I matha take to my guru actually every matha takna is the commitment we are making to guru commitment ki jo guru kahe so hi par maanu guru ji from today on from this moment on I will try to apply the teachings on the level of man vachikaram, on the level of thought, words and deeds. Guruji ka kehne ne nanak naam mein sab haryaavi gur ke shabd vichar. Contemplation plays the most important role. Ek vikari banda apne vikaran de naal da man kalni sa baar baar vikar kari janda kari jande. Kyunki man kalni soya hu 10 baar kuch ko manega nahi. The moment we come into the sanctuary of Guruji, ek var asi matha teke Guruji mein vinti karte rahe, taras daya. Guru da bird hai, jo sharan aave tis kant lave bird swami, sada guru da bilaval malla panyo vich ehi tarah paunde ne, hamro sahao sada sad bhulan, tumro bird patit udharan, pranam e kirpal kirpanid, jeev pad nanak har darshan, aankho vaheguru. Guruji, my nature is to do sins, but please don't look into my nature. Your innate nature is to forgive me. Jisle si Guru de sharan vich aake eh tarah paunde ne, Guru da nature hai, Guru apna vird sambhav. Toh phir Guru ki karda, Guru da paavan shabd gur mil chaj achar sikh. Guru o acharan sanu sikhanda, bani ik character. ऐसा कैरेक्टर असि इतने ह्यूमन बीइंग बन के जीना जी जी नहीं आए गुरु प्यारे कई बार किसी सज्जन को बड़े सियाने बन जाने किसी सज्जन पूछो तो गुरुद्वारे क्यों नहीं जाना गुरुद्वारे क्यों नहीं जाना मेरे नाल ही कितनी बार हो चुकी पेरेंट मैनू कहते मेरा बच्चा गुरुद्वारे नहीं जाता मैं कहा अच्छा मैं गल करके देखी थी मैं कहा बच्चे वाई डोंट यू गो टू गुरुद्वारा And then because I'm a good human being, what is the need for me to go to Gurdwara? That only means that I am not good. I am a good human being. Becoming good human being is not enough. You will still go round and round the loop of incarnation. Nako vahe guru. Then the child was a little bit older. He was studying at the university. And then I said, I will give you a certification from Guru Granth Sahib. I said, you know. कहते नहीं गुरु है कहते फिर किस वास्ते सानू माइटी स्पिरिचुअल दिखती है ह्यूमन बॉडी दिखती है मैं कहता दिस इज एन अपॉर्चुनिटी गिविंग टू यू टू रेकग्नाइज योर ट्रू सेल्फ योर रियल सेल्फ यू आर नॉट हियर टू बी अ नॉर्मल ह्यूमन बीइंग वी आर हियर द अपॉर्चुनिटी हैज बीन गिवन टू अस टू एलिवेट फ्रॉम अ ह्यूमन बीइंग टू अ स्पिरिचुअल बीइंग आखो आए गुरु गुरु का पावन शब्द सेवक जन बने ठाकुर ले लागे जन दिन स्पिरिचुअल भी चंद गुरमुख संत जन गुरमुख महापुरुष ब्रह्म ज्ञान जिन्होंने प्राप्त हो जाता वो जन बन जाए और सिर्फ जन बन के ही स्पिरिचुअल बीइंग बन के ही वी कैन गेट आवरसेल्फ आउट फ्रॉम द लूप ऑफ रीइंकार्नेशन अदरवाइज वी विल पेरिल आवत जावत जन्म भगत नामदेव ही इस गल की पुष्टि करते हैं भगत नामदेव कहते हैं जिसले से गुरु दरबार में आते हैं इफ वी आर रियली ऑनेस्ट एंड सिंसियर टू अवर गुरु जी सानू एक ऐसी बुद्धि दे देते हैं ऐसी गुरमत दे देते हैं अगर उस गुरमत को असि अपना लिए इन अ फ्रैक्शन ऑफ अ सेकंड इंस्टेंटली वी कैन एलिवेट फ्रॉम नर टू सुर भगत नामदेव कहते हैं नर ते सुर होए जात निमख में सतगुरु बुद्ध सिखलाई आखो वाहेगुरु फिर आखो वाहेगुरु सो इट वाज नेवर अ रिचुअल कमिंग टू गुरुद्वारा एक गुरुद्वारे में एक पर्पस
एक स्पिरिचुअल सेंटर है जिथे बादशाह दरवेश विराजे हुए सानू कदम खड़ी चे लेन वास्ते तैयार बट वी नीड टू सरेंडर आसन टू गुरु जी और जिस वे गुरु के नाल से मिलते हैं फिर गुरु सानू आचरण से एक मैनेज करना सिखाने कौन कहता दुख नहीं आए भाई रति दास दे सीस ते आला चल रहा सी खून दी फौरन निकलने से दुख सी लेकिन फिर भी वो एक पानी विच खड़े से सानू थोड़ा जा दुख आ जाए थोड़े जे बंदरगल हो जाते हैं कहीं रोचियां कोल भजते फिरने कोई फलाने गुरु जी को जा रहे कोई फलाने बाबा जी को जा रहे माफ कर देना मैं किसी के खिलाफ नहीं एक सज्जन मेरे को आके मैं उन्होंने मन दी है उन्होंने मानता मैं क्या 36 बाबा जी जड़े गुरु ग्रंथ साहब में बैठे ने इनू कर मनेगा आखो वाहेगुरु फिर आखो वाहेगुरु 36 बाबा जी बैठे ने महापुरख ए वाणी महापुरखन की निज कर वासा होए आखो वाहेगुरु फिर आखो वाहेगुरु आई एम नॉट अगेंस्ट एनी मैं किसी से अगेंस्ट नहीं लेकिन जब भी कोई मेरे नाल एक गल करदा मैं कहना पहला ये बाबा जी मान लिया 15 भगत महापुरख ने असि बस गुरु को एक मत्था टेकन का विषय बना के छड़ दिता है असि बस गुरु ने एक होली बुक बना के छड़ दिता है बट गुरु तो ये तो बहुत परे दी गल ऐसे गुरु को बलबल जाइए आप मुकत मोहे तारे आखो वाहेगुरु कदे गुरु नु वेख के देखे ना रखी अपने आप नु ਅੱਜ ਤੁਸੀਂ ਗੂਗਲ ਤੇ ਚਲੇ ਜਾਓ ਗੂਗਲ ਦੇ ਉੱਪਰ ਜਾ ਕੇ ਤੁਸੀਂ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਟੈਕਸਟ ਇਨਫੋਰਮੇਸ਼ਨ ਕਿਸੇ ਚੀਜ਼ ਦੀ ਇਨਫੋਰਮੇਸ਼ਨ ਸਾਨੂੰ ਚਾਹੀਦੀ ਹੁੰਦੀ ਹੈ ਜਿਹਨੂੰ ਫੋਨ ਚਲਾਉਣਾ ਵੀ ਨਹੀਂ ਆਉਂਦਾ ਉਹਨੂੰ ਵੀ ਪਤਾ ਲੱਗ ਜਾਂਦਾ ਗੂਗਲ ਤੇ ਟਾਈਪ ਕਰ ਦਿੰਦਾ ਉਹਨੂੰ ਆਂਸਰ ਮਿਲ ਜਾਂਦਾ ਮੈਂ ਕਿਹਾ ਭਲਿਆ ਕਿਸੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੀ ਟਾਈਪ ਕਰਕੇ ਵੇਖਾਂ ਗੂਗਲ ਤੇ ਤੇਰੇ ਸਾਹਮਣੇ ਇਤਨੀ ਟਰਾਂਸਲੇਸ਼ਨ ਆ ਜਾਣਗੀਆਂ ਅਗਰ ਤੈਨੂੰ ਜਰਮਨ ਆਉਂਦੀ ਹੈ ਜਰਮਨ ਵਿੱਚ ਟਰਾਂਸਲੇਸ਼ਨ ਤੈਨੂੰ ਮਿਲ ਜਾਏਗੀ ਫ੍ਰੈਂਚ ਆਉਂਦੀ ਫ੍ਰੈਂਚ ਵਿੱਚ ਤੈਨੂੰ ਮਿਲ ਜਾਏਗੀ ਅਰਬਿਕ ਵਿੱਚ ਮਿਲ ਜਾਏਗੀ ਪਰਸ਼ੀਅਨ ਵਿੱਚ ਮਿਲ ਜਾਏਗੀ ਕੋਸ਼ਿਸ਼ ਕਰਕੇ ਤਾਂ ਵੇਖੀ ਬਟ ਸ਼ਾਰਟਕਟ ਅਸੀਂ ਸਾਰੇ ਲਾ ਦਿੰਦੇ ਹਾਂ ਕੋਈ ਜੋਸ਼ੀ ਕੋਲ ਭਜਿਆ ਫਿਰਦਾ ਕੋਈ ਤਬੀਤਾਂ ਧਾਗਿਆਂ ਨੂੰ ਕੋਈ ਬੜੀਆਂ ਮਸਾਲਾਂ ਨੂੰ ਤੇ ਠੀਕ ਦਾ ਫਿਰਦਾ ਆਖੋ ਵਾਹਿਗੁਰੂ ਇਹਨੂੰ ਕਹਿੰਦੇ ਨੇ ਵਾਹਿਗੁਰੂ ਔਰ ਸੱਚ ਮੰਨਾ ਗੁਰੂ ਪਿਆਰਿਓ ਅੱਜ ਦੇ ਸਮੇਂ ਦੇ ਅੰਦਰ ਦਿਸ ਫੀਅਰ ਹੈਜ਼ ਬਿਕਮ ਦ ਬਿਲੀਅਨ ਡਾਲਰ ਇੰਡਸਟਰੀ ਜਿਹੜੇ ਐਸੇ ਐਸੇ ਬਣ ਕੇ ਬੈਠ ਜਾਂਦੇ ਨੇ ਉਹ ਸਾਡੇ ਫੀਅਰ ਦੇ ਉੱਪਰ ਆਪਣੀ ਇਨਕਮ ਜਨਰੇਟ ਕਰ ਰਹੇ ਨੇ ਆਖੋ ਵਾਹਿਗੁਰੂ ਔਰ ਜਿੱਥੇ ਸਾਨੂੰ ਗੁਰੂ ਸਾਕਸ਼ਾਤ ਸਾਨੂੰ ਦਰਸ਼ਨ ਦੇ ਰਿਹਾ ਹੈ ਰੋਜ਼ ਇੱਥੇ ਕੋਈ ਗੁਰਦੁਆਰੇ ਆਉਣ ਦੀ ਕੋਈ ਟਿਕਟ ਨਹੀਂ ਕਿੱਥੇ ਕਿਹੜੇ ਗੁਰਦੁਆਰੇ ਆਉਣ ਦੀ ਟਿਕਟ ਹੁੰਦੀ ਹੈ ਭਾਈ ਗੁਰਦੁਆਰੇ ਖੁੱਲ੍ਹੇ ਨੇ ਸਿਰਫ ਸਾਂਝੀ ਰਾਤਾਂ ਦਾ ਉਪਦੇਸ਼ ਦੇ ਰਹੇ ਨੇ ਖੁੱਲ੍ਹਾ ਲੰਗਰ ਚੱਲ ਰਿਹਾ ਹੈ ਔਰ ਅਸੀਂ ਕੀਤਾ ਅਸੀਂ ਗੁਰੂ ਨੂੰ ਗ੍ਰੈਂਟਿਡ ਲੈ ਲਏ ਕਿ ਨਹੀਂ ਭਾਈ ਇਹ ਤਾਂ ਹੋਲੀ ਬੁੱਕ ਹੈ ਇਸ ਵੇਲੇ ਦੁੱਖ ਦੀ ਗੱਲ ਆਉਂਦੀ ਹੈ ਮੈਨੂੰ ਗੁਰਮੁਖੀ ਨਹੀਂ ਆਉਂਦੀ ਮੈਨੂੰ ਪੜ੍ਹਾਈ ਨਹੀਂ ਆਉਂਦੀ ਫਿਰ ਸਿੱਖ ਲੈ ਭਾਈ ਆਖੋ ਵਾਹਿਗੁਰੂ ਕਿਉਂ ਨਹੀਂ ਸਿੱਖ ਲੈ We need to give asan to Guru Ji Guru Pya. Sanu Guru ne dena pena. Ek var Guru de ban ke ta dekhi. A biggest gift given to this humanity, Guru da pavan shabd. Rag pehle vich eho ehra kino dan. Ida matlab hai, the gift has been given to this humanity. Is sare sansar nu ek badi priceless and anmol gift ditti gayi hai. Oh kehdi gift hai? Nanak ke ghar keval naam. Akho Vaheguru. Fer akho Vaheguru. When you talk about house of Nanak, there is only one thing now. In Riyad, main UK da vashinda utthe rehnda. Utthe main kisi de ghar gaya. Kehnde Veer ji, bachi hoi hai, inu amrit chakana jaldi sada paath kare. Maine koi gal nahi, bhai aa jaana. Main utthe jaanda, amrit tyar kita hai, jeevi unhone bachi de upro, kyunki winter season se. ਮੈਂ ਵੇਖਦਾ ਬੱਚੀ ਦੇ ਇੱਥੇ ਵੀ ਟਿੱਕਾ ਲਾਇਆ ਮੋਢੇ ਤੇ ਵੀ ਟਿੱਕਾ ਲਾਇਆ ਕੰਨਾਂ ਦੇ ਪਿੱਛੇ ਵੀ ਮੈਂ ਕਿਹਾ ਇਹ ਕੀ ਹੈ ਜੀ ਕਹਿੰਦੇ ਜੀ ਇਹ ਤਾਂ ਨਜ਼ਰ ਨਾ ਲੱਗ ਜਾਵੇ ਆਖੋ ਵਾਹਿਗੁਰੂ ਇਹ ਛੋਟੀ ਛੋਟੀ ਚੀਜ਼ਾਂ ਸਾਨੂੰ ਨਾਮ ਤੋਂ ਦੂਰ ਕਰ ਦਿੰਦੀਆਂ ਨੇ ਕਿਉਂਕਿ ਅਸੀਂ ਸ਼ਾਰਟਕੱਟ ਲੱਭਦੇ ਹਾਂ ਮੈਂ ਕਿਹਾ ਭਾਈ ਮੈਨੂੰ ਗੁਰੂ ਅਰਜਨ ਦੇਵ ਮਹਾਰਾਜ ਦੀ ਗੱਲ ਯਾਦ ਆ ਗਈ ਮੈਂ ਕਿਹਾ ਭਾਈ ਸਿੱਖੀ ਦੇ ਉੱਪਰ ਸਿੱਖੀ ਨਹੀਂ ਟਿੱਕ ਸਕਦੀ ਭਾਈ ਕਹਿੰਦੇ ਕੀ ਮਤਲਬ ਮੈਂ ਕਿਹਾ ਤੁਸੀਂ ਗੁਰੂ ਨੂੰ ਪੁੱਛ ਕੇ ਦੇਖਿਆ ਕਿ ਨਜ਼ਰ ਹੁੰਦੀ ਹੈ ਕਿ ਨਹੀਂ ਹੁੰਦੀ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਮੈਂ ਕਿਹਾ ਫਿਰ ਸੁਣ ਲਓ ਜੀ ਮੈਂ ਕਿਹਾ ਗੁਰੂ ਗੁਰਬਾਣੀ ਵਿੱਚ ਨਜ਼ਰ ਨੂੰ ਚਾਖ ਕਿਹਾ ਗਿਆ
गुरु जी ने कंडीशन भी दी है, मंत्र प्रभु लाल पल्ला पन्ना मंत्र प्रभु आराध्य बिन साध समा गए उचित गुरु गोपाल जस दूर ते जम भागे राम नाम जो जल जपे अनदिन सद जागे। बस एक अनदिन जाके नाम कौन जपदा है, फिर असि शॉर्टकट लगते फिर दे आखो वाहेगुरु आवाज दी आखो वाहेगुरु फिर आखो वाहेगुरु प्यारे गुरु जी कहते राम नाम जो जल जपे अनदिन सत जागे। जिथे बाणी के अंदर गुरु महाराज ने उस निरंकार वाहेगुरु पासो नाम की याचना की है कि जपना है वह भी मंगया है। जिमें गुरु जी कहते हैं गुण गावा दिन रात नानक चाहे हो विसर नाही दातार अपना नाम दे हो। दिन राती अरादो प्यारे निमुख न की जय टीला यही तो मशक्कत है गुरु प्यारे उठत बैठत सोत जागत एहो मन तुझे चितारे। द मोमेंट वी कनेक्ट उड़दे बैठते सोते जागते इफ वी ट्रेन अवर माइंड टू ऑलवेज इन द कनेक्शन कम्युनिकेशन विद दैट निरंकार वाहेगुरु भैरव महला पंजवां जी गुरु जी कहते हैं ना उठत बैठत सोत जागत एहो मन तुझे चितारे क्रॉस रेफरेंस। गुरु जी कहते फिर ऐसे का जीवन उठत सुखिया बैठत सुखिया भाव नहीं लागे जर ऐसा दूजी जैसे बुझिया आखो वाहेगुरु। सानू तो सोने वेले भी पिल्स खा के सोना पैंदा अजकल ये हालात हो छोटे छोटे बच्चों बच्चों यूके के अंदर 12-13 साल के बच्चे बच्चिया काउंसलिंग ले जा रहे हैं डिप्रैशन पिल दी जा रही है उन्होंने आखो वाहेगुरु। असि कितने फेलियर हो गए कितने तो असि फेलियर हो गए कि जेड़ा गुरु सानू पैर करके अशोरेंस दे रहा है कि नाम सिमर चिंता सब जाए। वी आर अनेबल टू एक्सप्लेन देम अवर न्यू एंगल यंगर जनरेशन कि नाम इज द पावर अगर नाम नाल कनेक्ट होएगा या होएगी फिर चिंता नहीं रहे। यू नीड टू कल्टीवेट दैट चिंतन इन योर डे टू डे लाइफ अब वाई डू एंड दैट कैन ओनली हैपन इफ यू मेक देम अंडरस्टैंड द टीचिंग्स ऑफ गुरु ग्रंथ साहिब महाराज। सिर्फ गुरु को एक होली बुक बना के ना रख दे आखो वाई डू एक कमिटमेंट गुरु को देनी है असि और फिर गुरु सानू आचरण देगा वो आचरण देना हर जन ऐसा चाहिए जैसा हरी हो जैसा सेवे तैसा हो हरी नु मिलन वास्ते हरी वर्गा बनना पैना है। एंड वी आर ऑल वेरी फॉर्चुनेट गुरु प्यारे कि हरी वर्गा किस तरह हरी वर्गा बनना है ओदे जो जो तरीके ने टेक्निक्स ने सीक्रेट्स ने गुर ने वो सानू तां तक श्री गुरु ग्रंथ साहिब महाराज सिखला रहे आखो वाहेगुरु फिर आखो वाहेगुरु। एपिटोम ऑफ ह्यूमिलिटी भगत कबीर। मैं पिछले भी मीटिंग गुरुद्वारे बेनती करके मैं संगत नाल शेयर कर रहा सी भगत कबीर अपने ही जो वो सोचते हैं उन्होंने काउंटर कर रहे कबीर रोड़ा होए बाट का तज मन का अभिमान ऐसा कोई दास होए ताहे मिले भगवान उसी को काउंटर करके कह रहे हैं रोड़ा हुआ था क्या वह पंथी को दुख दे अर्जुन ऐसा चाहिए जो धरनी में खे खे बन जा डस्ट बन जा उन फिर काउंटर करने खे हुई का क्या भया जब उड लागे अंग। अर्जुन ऐसा चाहिए जो पानी सरबंग लेट मी बिकम वाटर क्योंकि पानी निवाण वाल जाता है उस वाटर उस निमरता के एपिटोम को भी काउंटर कर रहे हैं पानी हुआ था क्या भया सीरा ताता होए अखीर में चाहिए सरेंडर कहते अर्जुन ऐसा चाहिए जैसा हरी होए। what an amazing thought सानु भगत कबीर का धन धन गुरु अर्जुन देव महाराज ने पावन श्लोक ऐड कर क्या थॉट दिता। वी नो सिख इज नॉट द पाथ ऑफ फॉलोशिप इट इज द पाथ ऑफ पार्टनरशिप। गुरु प्यारे गुरु जी पौड़ी विच कहंदे ने सांझी गुरु नाल बहालिया सर्व सुख पाया के गुरु कहंदा मैं तां तैनूं अपने नाल पार्टनरशिप देनी है भाई एवरी टाइम ही मत्था टेक गुरु सानू पार्टनरशिप दे रहे बट वो पार्टनरशिप की कंडीशन होंगे ने प्रोटोकॉल्स होंगे ने बस वही डिवाइन लॉ वही पार्टनरशिप के कंडीशन प्रोटोकॉल्स ये डिवाइन लॉ धन धन श्री गुरु ग्रंथ साहिब महाराज रिकॉर्ड किए गए और वो वास्ते भाई सानू विचारना पड़ेगा गाना पड़ेगा सुनना पड़ेगा विचारेंगे तो मन कन्विंस होएगा जब मन कन्विंस हो जाता है ना फिर उन्होंने कहने की लोड़ नहीं पैंती भाई अमृत वेले उठ अपने आप ही उठना शुरू कर देता है कर दें आखो वाहेगुरु क्योंकि मन कन्विंस हो गया। साडा काम की
We need to share this wonderful wisdom of Tantan Shri Guru Granth Sahib Maharaj, and then you start feeling the asanta and nasanta of that Nirankar Vaheguru resonating and vibrating in each and every cell of our body. ਉੱਥੇ ਉਸ ਵਾਸਤੇ ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਸਭ ਮੇ ਰਵ ਰਹਿਆ ਪ੍ਰਭ ਇੱਕ ਹੈ ਪੇਖ ਪੇਖ ਨਾਨਕ ਬਿਗਸਾਈ ਬਿਗਸਾਈ ਮਤਲਬ ਹਰਸ਼ ਉਲਾਸ ਖੁਸ਼ ਹੋਣਾ ਆਨੰਦ ਵਿੱਚ ਆ ਜਾਣਾ ਐਂਡ ਦਿਸ ਇਜ਼ ਦ ਅਵਸਥਾ ਦਿਸ ਇਜ਼ ਦ ਮਾਈਲਸਟੋਨ ਦਿਸ ਇਜ਼ ਦ ਮੈਜਰ ਵਿੱਚ ਗੁਰੂ ਮਹਾਰਾਜ ਇਜ਼ ਗਿਵਿੰਗ ਅਸ ਗੁਰਬਾਣੀ ਵਿੱਚ ਸਾਨੂੰ ਇੰਨੇ ਮਾਈਲਸਟੋਨ ਦਿੱਤੇ ਗਏ ਐਂਡ ਦ ਵਾਈ ਯੂ ਵਾਕ ਇਨ ਦ ਪਾਥ ਆਫ ਦਿਸ ਸਪਿਰਚੁਅਲਿਟੀ ਕੁਝ ਮਾਈਲਸਟੋਨ ਕਿਤੇ ਜਾਣਾ ਹੋਵੇ ਕਿਸੇ ਹਾਈਵੇ ਤੇ ਹੁੰਦੇ ਹਨ ਮਾਈਲ ਪੱਥਰ ਹੁੰਦਾ ਨਾ ਮੀਲ ਪੱਥਰ ਹੁੰਦਾ ਨਾ ਮਾਈਲ ਸਟੋਨ ਗੁਰਬਾਣੀ ਦੇ ਅੰਦਰ ਵੈਨ ਯੂ ਵਾਕਿੰਗ ਔਨ ਦ ਪਾਥ ਆਫ ਸਪਿਰਚੁਅਲਿਟੀ ਸਾਨੂੰ ਮਾਈਲ ਸਟੋਨ ਦਿੱਤੇ ਗਏ ਕਿ ਜਿਸ ਲਈ ਤੂੰ ਇਸ ਮਾਈਲ ਸਟੋਨ ਤੇ ਆ ਜਾਏਗਾ ਸਮਝ ਲੈਣਾ ਤੂੰ ਇੱਕ ਮੈਸ਼ਰ ਨੂੰ ਕ੍ਰੋਸ ਕਰ ਦਿੱਤਾ ਹੈ ਐਂਡ ਸਲੋਲੀ ਇਜ਼ ਦੈਟ ਯੂ ਆਰ ਗੈਟਿੰਗ ਦੇਅਰ ਟੂ ਬਿਕਮ ਹਰਜਨ ਆਖੋ ਵਾਹਿਗੁਰੂ ਫਿਰ ਆਖੋ ਵਾਹਿਗੁਰੂ ਆਓ ਗੁਰੂ ਪਿਆਰੇ ਐਂਡ ਦੈਨ ਵੀ ਸਟਾਰਟ ਫੀਲਿੰਗ ਦ ਪ੍ਰੈਜੈਂਸ ਆਫ ਗੁਰੂ ਜੀ ਇਨ ਦ ਫਾਰਮ ਆਫ ਸ਼ਬਦ We become the root of that shabad. Jai Guru Patshah Kandir. So Sat Guru Pyara. This is a very high avastha Guru Pyara. But this is the milestone. Ki sanu pata ta lagya measure hai. That we can work towards this measure. Ki haan, 100 kilometer hai, 100 mile hai, 1000 mile hai. I need to reach my destination. Kehna bada sokha hai. ਕਿ ਬੰਦਾ ਨਾ ਪਾਠ ਕਰੇ ਨਾ ਨਿਤਨੇਮ ਕਰੇ ਕੱਲ ਹੀ ਮੈਂ ਇਹ ਗੱਲ ਬੀਤੀ ਕਰਕੇ ਆਇਆ ਇੱਕ ਮੇਰਾ ਮਿੱਤਰ ਮੇਰੇ ਕੋਲ ਆਇਆ ਕੋਈ ਜਾਣੂ ਉਦਾਸੀ ਪਏ ਉਹਦਾ ਚਿਹਰਾ ਉਦਾਸ ਦੇਖਿਆ ਮੈਂ ਕੀ ਗੱਲ ਹੈ ਉਹ ਉਦਾਸ ਉਦਾਸੀ ਵਿੱਚ ਬੈਠਾ ਕਹਿੰਦਾ ਬਸ ਪੁੱਛੋ ਨਾ ਬੜਾ ਕੁਝ ਹੁੰਦਾ ਰਹਿੰਦਾ ਮੈਂ ਕਿਹਾ ਫਿਰ ਵੀ ਬੋਲਣਾ ਮੈਨੂੰ ਕਹਿੰਦਾ ਬਸ ਮੇਰਾ ਰੱਬ ਤੋਂ ਵਿਸ਼ਵਾਸ ਉੱਠ ਗਿਆ ਮੈਂ ਕਿਹਾ ਤੂੰ ਰੱਬ ਨੂੰ ਦਿੱਤਾ ਕਿ ਜੋ ਤੇਰਾ ਵਿਸ਼ਵਾਸ ਉੱਠ ਗਿਆ ਆਖੋ ਵਾਹਿਗੁਰੂ ਫਿਰ ਆਖੋ ਵਾਹਿਗੁਰੂ ਬਸ ਛੋਟੇ ਜਿਹਾ ਦੁੱਖ ਆ ਗਿਆ ਰੱਬ ਉੱਤੋਂ ਮੇਰਾ ਵਿਸ਼ਵਾਸ ਉੱਠ ਗਿਆ ਮੈਂ ਕਿਹਾ ਮ੍ਰਿਤੂ ਦੇ ਉੱਠੇ ਨਾ ਕਹਿੰਦੇ ਨਹੀਂ ਮੈਂ ਕਿਹਾ ਨਿਤਨੇਮ ਕਰਦਾ ਨਹੀਂ ਨਿਰਾਸਨ ਨਹੀਂ ਸੋਹਿਲਾ ਨਹੀਂ ਸੇਵਾ ਨਹੀਂ ਮੈਂ ਕਿਹਾ ਤੂੰ ਕਿੱਤਾ ਐਸਾ ਕਿਹੜਾ ਕਿ ਤੈਨੂੰ ਕਿਹਨੇ ਰਾਇਤ ਦਿੱਤਾ ਕਿ ਤੂੰ ਕਹੇ ਰੱਬ ਤੋਂ ਵਿਸ਼ਵਾਸ ਉੱਠ ਗਿਆ ਆਖੋ ਵਾਹਿਗੁਰੂ ਇਹ ਸਾਡੇ ਹਾਲ ਨੇ ਗੁਰੂ ਪਿਆਰੇ ਗੁਰੂ ਪਿਆਰੇ ਬਾਣੀ ਇੱਕ ਮੈਸ਼ਰ ਹੈ ਇੱਕ ਟੀਚਿੰਗਸ ਨੇ ਇਸ ਬਾਣੀ ਨੂੰ ਕੰਟੈਂਪਲੇਟ ਕਰੀਏ ਬਾਰ ਬਾਰ ਪੜ੍ਹੀਏ ਬਾਰ ਬਾਰ ਵਿਚਾਰੀਏ ਔਰ ਗੁਰੂ ਜੀ ਕਹਿੰਦੇ ਨਾਨਕ ਨਾਮੇ ਸਭ ਹਰਿਆਵਲੀ ਗੁਰ ਕੈ ਸ਼ਬਦ ਵਿਚਾਰ ਗੁਰੂ ਜੀ ਕਹਿੰਦੇ ਟਿੱਠੇ ਮੁਕਤ ਨਾ ਹੋਵੇ ਜਿਸ ਚ ਸ਼ਬਦ ਨਾ ਕਰੇ ਵਿਚਾਰ ਸੋ ਕੰਟੈਂਪਲੇਸ਼ਨ ਇਜ਼ ਦ ਮੋਸਟ ਇੰਪੋਰਟੈਂਟ ਪਾਰਟ ਤਾਂ ਹੀ ਗੁਰੂ ਦਰਬਾਰ ਦੇ ਅੰਦਰ ਹਮੇਸ਼ਾ ਕੀਰਤਨੀ ਵੀ ਹੁੰਦੇ ਨੇ ਤੇ ਕਥਾ ਵਾਚਕ ਵੀ ਹੁੰਦੇ ਨੇ ਆਖੋ ਵਾਹਿਗੁਰੂ ਕੀਰਤਨ ਵੀ ਕਰਦੇ ਨੇ ਉਹਦੇ ਬਾਅਦ ਫਿਰ ਜਿਸ ਚੀਜ਼ ਦਾ ਕੀਰਤਨ ਹੋਇਆ ਉਹਦੇ ਉੱਪਰ ਕਥਾ ਵੀ ਕਰਦੇ ਨੇ ਭਾਵ ਵਿਚਾਰਦੇ ਨੇ ਤਾਂ ਕਿ ਸਾਨੂੰ ਪਤਾ ਲੱਗੇ ਕਿ ਜਿਸ ਬਾਣੀ ਦਾ ਕੀਰਤਨ ਕੀਤਾ ਗਿਆ ਉਹਦੇ ਵਿਚਾਰ ਕੀ ਆਓ ਗੁਰੂ ਪਿਆਰੇ ਸਮਾਪਤੀ ਦਾ ਸਮਾਂ ਹੈ ਸਾਰੇ ਬੰਦੇ ਪਾਵਕ ਸ਼ਬਦ ਦੀ ਹਾਜ਼ਰ ਉਪਰੰਤ ਫਿਰ ਸਮਾਪਤੀ ਕਰਾਂਗੇ ਗੁਰੂ ਪਿਆਰੇ ਤਕਰੀਬਨ ਇਸ USA ਦਾ ਪਹਿਲਾ ਟੂਰ ਸੀ ਔਰ ਪਹਿਲਾ ਟੂਰ ਹੈ ਆਉਣ ਵਾਲੇ ਸਮੇਂ ਦੇ ਅੰਦਰ ਗੁਰੂ ਜੀ ਰਹਿਮ ਕਰਨ ਇਸੇ ਤਰ੍ਹਾਂ ਦਾ ਸੰਜੋਗ ਬਖਸ਼ਿਸ਼ ਕਰਨ ਔਰ ਆਪ ਜੀ ਚਰਨਾਂ ਦੀ ਸੇਵਾ ਇਸੀ ਪ੍ਰਕਾਰ ਕਰਦੇ ਰਹੇ ਗੁਰੂ ਪਿਆਰੇ ਕੱਲ੍ਹ ਦਾ ਜਿਹੜਾ ਸਵੇਰ ਦਾ ਦੀਵਾਨ ਹੈ ਪਹਿਲਾ ਟਾਈਮ ਗੁਰਦੁਆਰੇ ਵਿਖੇ ਔਰ ਸ਼ਾਮ ਦਾ ਜਿਹੜਾ ਦੀਵਾਨ ਹੈ ਉਹ ਬੀਟਨ ਗੁਰਦੁਆਰੇ ਵਿਖੇ ਔਰ ਉਹਦੇ ਬਾਅਦ ਫਿਰ ਸੋਮਵਾਰ ਤੁਸੀਂ ਵਾਸ਼ਿੰਗਟਨ ਡੀਸੀ ਜਾ ਰਹੇ ਇੱਕ ਹਫ਼ਤਾ ਉੱਥੇ ਦੀਵਾਨਾਂ ਦੀ ਹਾਜ਼ਰੀ ਹੈ ਫਿਰ ਉਹਦੇ ਅਗਲੇ ਹਫ਼ਤੇ ਮਾਇਮੀ ਵਿੱਚ ਜਾ ਰਹੇ ਜਿੱਥੇ ਇੱਕ ਪਾਵਨ ਸਥਾਨ ਹੈ ਗੁਰੂ ਦਰਬਾਰ ਹੈ ਉੱਥੇ 7 ਦਿਨਾਂ ਦਾ ਕੀਰਤਨ ਦੀਵਾਨ ਹੈ ਸੋ ਜਿਹੜੇ ਵੀ ਆਪ ਜੀ ਦੇ ਮਿੱਤਰ ਸੰਬੰਧੀ ਹੋਣ ਜਿਹੜੇ ਉਸ ਇਲਾਕੇ ਵਿੱਚ ਰਹਿੰਦੇ ਨੇ ਆਪ ਜੀ ਉਹਨਾਂ ਦੇ ਨਾਲ ਵੀ ਸ਼ੇਅਰ ਕਰੋ ਤਾਂ ਕਿ ਇਹ ਦਰਬਾਰ ਵਿੱਚ ਬੈਠ ਕੇ ਆਪਾਂ ਕੀਰਤਨ ਵੀ ਕਰ ਸਕੀਏ ਔਰ ਨਾਲ ਨਾਲ ਜਿਹੜਾ ਕੀਰਤਨ ਕੀਤਾ ਜਾ ਰਿਹਾ ਉਹ ਬਾਣੀ ਦੇ ਵਿਚਾਰ ਵੀ ਕਰ ਸਕੀਏ ਤਾਂ ਕਿ ਸਾਡੀ ਜ਼ਿੰਦਗੀ ਟਰਾਂਸਫੋਰਮ ਹੋ ਸਕੇ ਫਰੋਮ ਅ ਹਿਊਮਨ ਬੀਂਗ ਟੂ ਅ ਸਪਿਰਚੁਅਲ ਬੀਂਗ ਆਓ ਗੁਰੂ ਪਿਆਰੋ ਕੋਈ ਵੀ ਰਸਨਾ ਵਾਂਝਦੇ ਪਾਵਨ ਸ਼ਬਦ ਦੀ ਹਾਜ਼ਰੀ ਉਪਰੰਤ ਸਮਾਪਤੀ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਮੇਰੇ ਨਾਲ ਹੈ ਜਿੱਤ ਕੇ ਤਨੇ ਨੂੰ ਰਹੇ ਚਲਾ ਸਤਿਗੁਰ ਪਿਆਰਾ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਮੇਰੇ ਨਾਲ ਹੈ ਚਿੱਤ ਕੇ ਤਮੈਨੂੰ ਚਲਾਏ ਚਿੱਤ ਕੇ ਤਮੈਨੂੰ
Oh,
माता पिता दोनों सवेर तो लेके शाम तक ड्यूटियां दे रहे हैं, काम भी कर रहे हैं, बच्चे जो पर काम ध्यान दे रहे हैं, आखो भाई नहीं कोई ना कोई ऐसी चीज कितना कितने कोई ना कोई ऐसा गैप क्रिएट होया है जिधर सामने फिलअप करना पड़े। फॉर्चुनेटली यूके के अंदर वी आर एबल टू डू दिस। यूके के अंदर तुम गुरुद्वारे जाओगे उत्थे तुम यंगस्टर्स दिखाई देंगे, आखो भाई नौजवान बच्चे बच्चियां, असं यूनिवर्सिटी भी जाते उत्थे कैंप्स लाते हैं, यूनिवर्सिटी जा जाके असं बच्चों इंसिस्ट करते हैं समझाते हैं जब भी सहाय कि प्लीज तुम आओ। अज का बच्चा फोन के उपर मोटिवेशनल दो कोट देंगे कि ओके पॉजिटिविटी मैंने मिल गई, गुरुद्वारे जाने की लड़ नहीं, आखो वाहे गुरु। मैंने बच्चे क्वेश्चन कर दी कहते मेरे दिल में चला, मैं क्या दिखा, कहना नहीं मैं तू क्या ना मेरे दिल में चला, मैं क्या दिखा, मैं तू मेरे सामने तुम्हें बाबा नानक का कथा याद आ रही दुद्ध पिया से मैं क्या रोल बैठे मैं क्या इन्हें मखन दिखना, कहता है लेकिन दिखता नहीं, मैं क्या क्यों, कहता है लेकिन दिखता नहीं, मैं क्या फिर कहता आई नीड टू चर्न इट आउट, मैं क्या बस गुरुद्वारे आम का मतलब है चर्निंग प्रोसेस, किस तरह अपने अंदरों मक्खन रूपी जो गुड़ बैठे हैं चंगियाइया बैठी हैं रब चंगियाइया करके गुणा करके निरंकार वाहगुरु मैनीफेस्ट कर पड़े। कोई असी फोटो के पाश थोड़ी असी फोटो नहीं मानते, असी आइडल नहीं मानते। गुरु कलगी धर पाश ने क्या पूजा अकाल गुरु की परचा शब्द का निदान खालसे का आखो वाहगुरु, असी फोटो थोड़ी मानते तद चित्र है चेतो चितकारी बाबा कबीर बाबा नकली चित्र विचित्र ए है बचे ना, असी फोटो के पाशक नहीं असी आइडल के पाशक नहीं। गुरु तेग बहादुर महाराज तो असली महिला नव काय बन भोजन जाए सर निवासी सदा लिपा तो ही संग समाई, कैसा उत्तर दे रहे हैं पोह मध जो वास बसत है मुकर माए जैसे चाहे, रब किवे है इज लाइक अ फ्रेग्रेंस इन द फ्लावर इन योर रिफ्लेक्शन इन द मिरर, अखो वाहेगुरु तू शिष्य के खड़ा होकर तेरी जो रिफ्लेक्शन है तेरा जो अक्ष है वो निरंकार वाहेगुरु अखो वाहे, असी उस बाणी में उपासक गुरु क्योंकि डोंट वर्शिप गुरु महाराज, साडे किसी भी गुरु ने अपने आप को वर्शिप नहीं कराया, तई तो शब्द है जो दास दास किया है तो नानक नीच कह विचार किया, असी गुरु को छड़ के पता नहीं किन्हें वर्शिप करते फिर रहे, कोई कोई पूज रहा है कोई कौन पूज रहे, मैं क्या ना छत्ती बाबा जी बैठे ने महापुरुष बैठे ने इन्हें नहीं मानते बस बाहर जा जाके पूछी जाए आखो वाहेगुरु, फिर वल्नरेबल हो जाते वो सानू मिसयूज कर दें, फिर दुख होता है कि उन्होंने बिट्रे किया, असी अपने आप को खुद वल्नरेबल कर रहे। एक बार गुरु को जानने की कोशिश तो करिए साडा जीवन तब्दील हो जाएगा ट्रांसफॉर्म हो जाएगा, ये गिफ्ट सानू गुरु ने दी है, सो लेट अस ऑल टुगेदर वर्क अपॉन इट, सारे मिलके इहदे उपर। मैं अज भी किसी कह रहा सर गुरुद्वारे ये ना सोचिए कि मेरा गुरुद्वारा और तेरा गुरुद्वारा, गुरुद्वारा बाबा नानक का है, आप सारे मिल जाइए और मिलकर एक सर्वे करिए पूरी कोशिश करिए कि किसी तरह साड़ी आने वाली 10 साल गुरु प्यार अज दुबई के अंदर सर वर्चुअल रियलिटी एवटार बना, वह कहते वीर जी थोड़ा एवटार बना, मैं क्यों, कहता बच्चे वर्चुअल रियलिटी नहीं असी उत्थे उन्होंने सुनाना, मैं कहता गुरुद्वारा की कौन आएगा आखो वाहेगुरु, लेट अस ऑल वर्क टुगेदर गुरु प्यारे, जितने भी इतने गुरुद्वारे ने पूरे शिकागो के अंदर ये पुरजोर हम्बल रिक्वेस्ट है गुरु प्यार, मैं भी साढ़े अनेक वीर जी लेके आए हूँ, असं भी रिचार्ज कर रहे हैं कि अगली टाइम जब मैं इतने आवा क्योंकि पूरे साल 6-7 महीने बाहर ही होंगे, कभी ऑस्ट्रेलिया उत्थे कैंप ले रहा होंगे, जगह जगह जाके सेवा गुरु जी ने लाई हुई है, हूँ अमेरिका का पहली बार डोर्स खोले हैं और अगर आप जी का साथ होगा फिर आने वाले समय के अंदर 7 दिन वास्ते कोई शिकागो के अंदर कोई ऐसा एक कैंप क्रिएट करांगे जिन्हें अंदर आपका जो हम स्टेजा पर गल की प्रैक्टिकलिटी ऑफ धन तब श्री गुरु ग्रंथ साहब महाराज ईच एंड एवरी क्वेश्चन का आंसर आप गुरु महाराज को लवेंगे और किसी पास नहीं लवेंगे आखो वाहेगुरु। जो जो गल अज इतने मेरे मुँह तो निकली है गुरु पर सर्टिफिकेशन बाणी तो आई तुम दर्शन किए हो सतगुरु बिना हो कठी है बाणी, बाणी तो बगैर कुछ भी नहीं होएगा, जो भी उत्तर होंगे सू बाणी चुन तो हाथ जोड़ के निम्रता से बेनती है इतनी कुछ सेवा प्रवान करनी आओ पहुंचो देखिए मां अनंत सेवा पाठ करके फिर समाप्ति कर दे जी, फिर गुरु जी ऐसी बख्शिश करके फिर आप देखिए मैं इस सेवा में हाजिर होवांगे जी, करो देवो आशीष राम कले महला तीजा आनंद को का सतगुरु प्रसाद आनंद भया दे माए सतगुरु ने सतगुरु का परसे राग रतन परिवार करिया शब्द का पुनः शब्दोत का पुनः तेरा मन चिंता सा कह देना तेरा
ਅਸੀਸਾਂ ਬਖਸ਼ਿਸ਼ ਕਰੋ ਔਰ ਦਾਸ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ।